ਬੇਹੱਦ ਭਿਆਨਕ ਹਾਦਸਾ ਹੋਇਆ ਏ। ਹਵਾ ਦੇ ਵਿੱਚ ਇਹ ਬੱਸ ਲਟਕ ਰਹੀ ਹੈ, ਇੱਕ ਇੰਚ ਅੱਗੇ ਹੁੰਦੀ ਤਾਂ ਡੂੰਘੀ ਖੱਡ 'ਚ ਜਾਣਾ ਸੀ ਸਿੱਧਾ ਇਸ ਬੱਸ ਨੇ। ਤਾਂ ਦੇਖ ਸਕਦੇ ਹੋ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ, ਪਹਾੜਾਂ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਡੈਮ ਦੇ ਨੇੜੇ ਇਹ ਬੱਸ ਪਲਟ ਜਾਂਦੀ ਹੈ। ਦਰਅਸਲ ਇਹ ਬੱਸ ਦਾ ਜਿਹੜਾ ਟਾਇਰ ਹੈ ਉਹ ਇੱਕ ਖੱਡੇ ਦੇ ਵਿੱਚ ਜਾਂਦਾ ਹੈ, ਜਿਸ ਕਰਕੇ ਬੱਸ ਦਾ ਕੋਈ ਪੁਰਜਾ ਟੁੱਟ ਗਿਆ, ਜਿਸ ਤੋਂ ਬਾਅਦ ਬੱਸ ਡਿਸਬੈਲੈਂਸ ਹੋ ਜਾਂਦੀ ਹੈ ਅਤੇ ਪਲਟ ਜਾਂਦੀ ਹੈ। ਪਲਟਣ ਤੋਂ ਪਹਿਲਾਂ ਬੱਸ ਇੱਕ ਗੱਡੀ ਦੇ ਵਿੱਚ ਵੱਜਦੀ ਹੈ, ਜੇਕਰ ਗੱਡੀ ਦੇ ਵਿੱਚ ਨਾ ਵੱਜਦੀ ਤਾਂ ਸਿੱਧਾ ਇਹਨੇ ਖੱਡ ਦੇ ਵਿੱਚ ਜਾ ਕੇ ਡਿੱਗ ਜਾਣਾ ਸੀ। ਤਾਂ ਡੂੰਘੀ ਖੱਡ ਤੁਸੀਂ ਦੇਖ ਹੀ ਸਕਦੇ ਹੋ, ਸਿੱਧਾ ਪਾਣੀ ਦੇ ਵਿੱਚ ਜਾ ਕੇ ਇਸ ਬੱਸ ਨੇ ਡਿੱਗਣਾ ਸੀ। ਇਸ ਦੇ ਅੰਦਰ 25 ਤੋਂ 30 ਲੋਕ ਸਵਾਰ ਸਨ, ਜਿਨ੍ਹਾਂ ਦੀ ਜਾਨ ਖਤਰੇ 'ਚ ਹੋ ਸਕਦੀ ਸੀ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਪੰਡੋਰ ਡੈਮ ਦੀਆਂ, ਜਿੱਥੇ ਪ੍ਰਾਈਵੇਟ ਬੱਸ ਪਲਟ ਗਈ ਹੈ। ਸਾਰੇ ਯਾਤਰੀ ਜਿਹੜੇ ਨੇ ਭਗਵਾਨ ਦੀ ਕਿਰਪਾ ਦੇ ਨਾਲ ਸੁਰੱਖਿਅਤ ਨੇ। ਕੁੱਲੂ ਤੋਂ ਮੰਡੀ ਵੱਲ ਨੂੰ ਆ ਰਹੀ ਸੀ ਇਹ ਅੰਜਲੀ ਟਰਾਂਸਪੋਰਟ ਦੀ ਪ੍ਰਾਈਵੇਟ ਬੱਸ, ਰਾਹ ਦੇ ਵਿੱਚ ਇੱਕ ਟੋਏ ਦੇ ਵਿੱਚ ਇਸਦਾ ਟਾਇਰ ਜਾਂਦਾ ਹੈ, ਜਿਸ ਕਰਕੇ ਇੱਕ ਪੁਰਜਾ ਟੁੱਟ ਗਿਆ ਅਤੇ ਇਹ ਬੱਸ ਪਲਟ ਜਾਂਦੀ ਹੈ। 2 ਤੋਂ 3 ਬੰਦਿਆਂ ਨੂੰ ਸੱਟਾਂ ਲੱਗੀਆਂ ਨੇ ਮਾਮੂਲੀ, ਉਹ ਵੀ, ਅਤੇ ਬਾਕੀ ਸਾਰਿਆਂ ਦਾ ਬਚਾਅ ਹੋਇਆ ਏ। ਪਰ ਤਸਵੀਰਾਂ ਹੈਰਾਨ ਕਰਨ ਦੇਣ ਵਾਲੀਆਂ ਨੇ, ਕਿਉਂਕਿ ਹੇਠਾਂ ਡਿੱਗ ਸਕਦੀ ਸੀ। ਜੇਕਰ ਤੁਸੀਂ ਅੱਗੇ ਵੀ ਦੇਖਿਆ ਹੋਣਾ ਫਿਲਮੀ ਸੀਨ ਵਾਂਗੂ, ਬੱਸਾਂ ਖਾਈ ਤੋਂ ਹਲਕੀ ਜੀ ਅੱਗੇ ਹੁੰਦੀਆਂ ਨੇ ਅਤੇ ਹਵਾ ਦੇ ਵਿੱਚ ਲਟਕ ਰਹੀ ਹੁੰਦੀ ਹੈ। ਉਸੇ ਤਰੀਕੇ ਦੇ ਨਾਲ ਇਹ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ। ਜੋ ਜੋ ਇਸ ਤਸਵੀਰ ਨੂੰ ਦੇਖ ਰਿਹਾ ਹੈਰਾਨ ਹੋ ਰਿਹਾ ਹੈ ਕਿ ਇਹਨਾਂ ਲੋਕਾਂ ਦੀ ਕਿਸਮਤ ਚੰਗੀ ਸੀ। ਜੇਕਰ ਹਲਕਾ ਜਿਹਾ ਝਟਕਾ ਬੱਸ ਨੂੰ ਹੋਰ ਲੱਗਦਾ ਤਾਂ ਸਿੱਧੀ ਖਾਈ ਦੇ ਵਿੱਚ, ਯਾਨੀ ਕਿ ਡੂੰਘੀ ਖੱਡ ਦੇ ਵਿੱਚ ਜਾ ਕੇ ਡਿੱਗਣਾ ਸੀ ਇਸ ਬੱਸ ਨੇ, ਤਾਂ ਬਚਾ ਰਿਹਾ ਏ। 25 ਲੋਕਾਂ ਦੀ ਜਾਨ ਬਚ ਗਈ ਹੈ, ਕਿਸੇ ਨੂੰ ਵੀ ਗੰਭੀਰ ਸੱਟ ਨਹੀਂ ਲੱਗੀ, ਹਲਕੀਆਂ ਮੋਟੀਆਂ ਸੱਟਾਂ ਲੱਗੀਆਂ ਨੇ। ਕੁੱਲੂ ਤੋਂ ਇਹ ਬੱਸ ਮੰਡੀ ਦੇ ਵੱਲ ਨੂੰ ਆ ਰਹੀ ਸੀ ਤਾਂ ਰਾਹ ਦੇ ਵਿੱਚ ਪੰਡੋਰ ਡੈਮ ਪੈਂਦਾ ਹੈ, ਪੰਡੋਰ ਡੈਮ ਦੇ ਨੇੜੇ ਇਹ ਬੱਸ ਪਲਟ ਜਾਂਦੀ ਹੈ। ਆਓ ਇਸ ਬੱਸ ਦੇ ਵਿੱਚ ਸਵਾਰ ਯਾਤਰੀਆਂ ਦਾ ਹਾਲ ਜਾਣਦੇ ਹਾਂ ਅਤੇ ਡਰਾਈਵਰ ਕੋਲੋਂ ਵੀ ਪੁੱਛਾਂਗੇ ਕਿ ਆਖਿਰਕਾਰ ਕਿਵੇਂ ਐਡਾ ਵੱਡਾ ਹਾਦਸਾ ਵਾਪਰ ਗਿਆ। ਬੇਹੱਦ ਭਿਆਨਕ ਹਾਦਸਾ ਹੋਇਆ ਏ। ਹਵਾ ਦੇ ਵਿੱਚ ਇਹ ਬੱਸ ਲਟਕ ਰਹੀ ਹੈ, ਇੱਕ ਇੰਚ ਅੱਗੇ ਹੁੰਦੀ ਤਾਂ ਡੂੰਘੀ ਖੱਡ 'ਚ ਜਾਣਾ ਸੀ ਸਿੱਧਾ ਇਸ ਬੱਸ ਨੇ। ਤਾਂ ਦੇਖ ਸਕਦੇ ਹੋ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ, ਪਹਾੜਾਂ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਡੈਮ ਦੇ ਨੇੜੇ ਇਹ ਬੱਸ ਪਲਟ ਜਾਂਦੀ ਹੈ। ਦਰਅਸਲ ਇਹ ਬੱਸ ਦਾ ਜਿਹੜਾ ਟਾਇਰ ਹੈ ਉਹ ਇੱਕ ਖੱਡੇ ਦੇ ਵਿੱਚ ਜਾਂਦਾ ਹੈ, ਜਿਸ ਕਰਕੇ ਬੱਸ ਦਾ ਕੋਈ ਪੁਰਜਾ ਟੁੱਟ ਗਿਆ, ਜਿਸ ਤੋਂ ਬਾਅਦ ਬੱਸ ਡਿਸਬੈਲੈਂਸ ਹੋ ਜਾਂਦੀ ਹੈ ਅਤੇ ਪਲਟ ਜਾਂਦੀ ਹੈ। ਪਲਟਣ ਤੋਂ ਪਹਿਲਾਂ ਬੱਸ ਇੱਕ ਗੱਡੀ ਦੇ ਵਿੱਚ ਵੱਜਦੀ ਹੈ, ਜੇਕਰ ਗੱਡੀ ਦੇ ਵਿੱਚ ਨਾ ਵੱਜਦੀ ਤਾਂ ਸਿੱਧਾ ਇਹਨੇ ਖੱਡ ਦੇ ਵਿੱਚ ਜਾ ਕੇ ਡਿੱਗ ਜਾਣਾ ਸੀ। ਤਾਂ ਡੂੰਘੀ ਖੱਡ ਤੁਸੀਂ ਦੇਖ ਹੀ ਸਕਦੇ ਹੋ, ਸਿੱਧਾ ਪਾਣੀ ਦੇ ਵਿੱਚ ਜਾ ਕੇ ਇਸ ਬੱਸ ਨੇ ਡਿੱਗਣਾ ਸੀ। ਇਸ ਦੇ ਅੰਦਰ 25 ਤੋਂ 30 ਲੋਕ ਸਵਾਰ ਸਨ, ਜਿਨ੍ਹਾਂ ਦੀ ਜਾਨ ਖਤਰੇ 'ਚ ਹੋ ਸਕਦੀ ਸੀ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਪੰਡੋਰ ਡੈਮ ਦੀਆਂ, ਜਿੱਥੇ ਪ੍ਰਾਈਵੇਟ ਬੱਸ ਪਲਟ ਗਈ ਹੈ। ਸਾਰੇ ਯਾਤਰੀ ਜਿਹੜੇ ਨੇ ਭਗਵਾਨ ਦੀ ਕਿਰਪਾ ਦੇ ਨਾਲ ਸੁਰੱਖਿਅਤ ਨੇ। ਕੁੱਲੂ ਤੋਂ ਮੰਡੀ ਵੱਲ ਨੂੰ ਆ ਰਹੀ ਸੀ ਇਹ ਅੰਜਲੀ ਟਰਾਂਸਪੋਰਟ ਦੀ ਪ੍ਰਾਈਵੇਟ ਬੱਸ, ਰਾਹ ਦੇ ਵਿੱਚ ਇੱਕ ਟੋਏ ਦੇ ਵਿੱਚ ਇਸਦਾ ਟਾਇਰ ਜਾਂਦਾ ਹੈ, ਜਿਸ ਕਰਕੇ ਇੱਕ ਪੁਰਜਾ ਟੁੱਟ ਗਿਆ ਅਤੇ ਇਹ ਬੱਸ ਪਲਟ ਜਾਂਦੀ ਹੈ। 2 ਤੋਂ 3 ਬੰਦਿਆਂ ਨੂੰ ਸੱਟਾਂ ਲੱਗੀਆਂ ਨੇ ਮਾਮੂਲੀ, ਉਹ ਵੀ, ਅਤੇ ਬਾਕੀ ਸਾਰਿਆਂ ਦਾ ਬਚਾਅ ਹੋਇਆ ਏ। ਪਰ ਤਸਵੀਰਾਂ ਹੈਰਾਨ ਕਰਨ ਦੇਣ ਵਾਲੀਆਂ ਨੇ, ਕਿਉਂਕਿ ਹੇਠਾਂ ਡਿੱਗ ਸਕਦੀ ਸੀ। ਜੇਕਰ ਤੁਸੀਂ ਅੱਗੇ ਵੀ ਦੇਖਿਆ ਹੋਣਾ ਫਿਲਮੀ ਸੀਨ ਵਾਂਗੂ, ਬੱਸਾਂ ਖਾਈ ਤੋਂ ਹਲਕੀ ਜੀ ਅੱਗੇ ਹੁੰਦੀਆਂ ਨੇ ਅਤੇ ਹਵਾ ਦੇ ਵਿੱਚ ਲਟਕ ਰਹੀ ਹੁੰਦੀ ਹੈ। ਉਸੇ ਤਰੀਕੇ ਦੇ ਨਾਲ ਇਹ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ। ਜੋ ਜੋ ਇਸ ਤਸਵੀਰ ਨੂੰ ਦੇਖ ਰਿਹਾ ਹੈਰਾਨ ਹੋ ਰਿਹਾ ਹੈ
ਕਿ ਇਹਨਾਂ ਲੋਕਾਂ ਦੀ ਕਿਸਮਤ ਚੰਗੀ ਸੀ। ਜੇਕਰ ਹਲਕਾ ਜਿਹਾ ਝਟਕਾ ਬੱਸ ਨੂੰ ਹੋਰ ਲੱਗਦਾ ਤਾਂ ਸਿੱਧੀ ਖਾਈ ਦੇ ਵਿੱਚ, ਯਾਨੀ ਕਿ ਡੂੰਘੀ ਖੱਡ ਦੇ ਵਿੱਚ ਜਾ ਕੇ ਡਿੱਗਣਾ ਸੀ ਇਸ ਬੱਸ ਨੇ। ਤਾਂ ਬਚਾ ਰਿਹਾ ਏ, 25 ਲੋਕਾਂ ਦੀ ਜਾਨ ਬਚ ਗਈ ਹੈ, ਕਿਸੇ ਨੂੰ ਵੀ ਗੰਭੀਰ ਸੱਟ ਨਹੀਂ ਲੱਗੀ, ਹਲਕੀਆਂ ਮੋਟੀਆਂ ਸੱਟਾਂ ਲੱਗੀਆਂ ਨੇ। ਕੁੱਲੂ ਤੋਂ ਇਹ ਬੱਸ ਮੰਡੀ ਦੇ ਵੱਲ ਨੂੰ ਆ ਰਹੀ ਸੀ ਤਾਂ ਰਾਹ ਦੇ ਵਿੱਚ ਪੰਡੋਰ ਡੈਮ ਪੈਂਦਾ ਹੈ, ਪੰਡੋਰ ਡੈਮ ਦੇ ਨੇੜੇ ਇਹ ਬੱਸ ਪਲਟ ਜਾਂਦੀ ਹੈ। ਆਓ ਇਸ ਬੱਸ ਦੇ ਵਿੱਚ ਸਵਾਰ ਯਾਤਰੀਆਂ ਦਾ ਹਾਲ ਜਾਣਦੇ ਹਾਂ ਅਤੇ ਡਰਾਈਵਰ ਕੋਲੋਂ ਵੀ ਪੁੱਛਾਂਗੇ ਕਿ ਆਖਿਰਕਾਰ ਕਿਵੇਂ ਐਡਾ ਵੱਡਾ ਹਾਦਸਾ ਵਾਪਰ ਗਿਆ।